देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। पटियाला विखे दिन दिहाड़े पिस्तौल दी नोक ते लुट होण दा मामला सामने आया। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿੱਥੇ ਤਿੰਨ ਨੌਜਵਾਨ ਇੱਕ ਇੱਕ ਕਰਕੇ ਦੁਕਾਨ ਦੇ ਅੰਦਰ ਆਉਂਦੇ ਨੇ ਤੇ ਪਿਸਤੌਲ ਦੀ ਨੋਕ ਤੇ ਦੁਕਾਨਦਾਰ ਤੋਂ ਨਕਦੀ ਤੇ ਮੋਬਾਈਲ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਸ ਦੇ ਸੰਬੰਧ ਵਿੱਚ ਵਪਾਰ ਵਰਗ ਦੇ ਇੱਕ ਆਗੂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਪ੍ਰਸ਼ਾਸਨ ਤੋਂ ਵਪਾਰ ਵਰਗ ਲਈ ਸਿਕਿਉਰਿਟੀ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਭੈੜੇ ਅੰਸਰਾਂ ਨੂੰ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਨੇ ਤੇ ਉੱਪਰ ਲੁਟੇਰਿਆਂ ਦੀ ਖੋਬਾਜੀ ਕਾਰਨ ਪਰੇਸ਼ਾਨੀ ਦਾ ਆਲਮ ਛਾਇਆ ਹੋਇਆ ਹੈ। ਇਹ ਪਟਿਆਲੇ ਸਰਹੰਦ ਰੋਡ ਤੇ ਬਰਨਾਲਾ ਪਿੰਡ ਸਟੋਰ ਹੈ। ਲਗਭਗ 3:30 ਵਜੇ ਤਿੰਨ ਮੁੰਡੇ ਮੂੰਹ ਬੰਨਿਆ ਹੋਇਆ ਸੀ, ਉਹਨਾਂ ਦਾ ਯੰਗ ਮੁੰਡੇ ਸੀ 24-25 ਸਾਲ ਦੇ, ਇੱਕ ਇੱਕ ਕਰਕੇ ਦੁਕਾਨ ਦੇ ਵਿੱਚ ਐਂਟਰ ਹੋਏ ਨੇ ਤਾਂ ਬੰਦੂਕ ਦੀ ਨੋਕ ਤੇ ਉਹਨਾਂ ਨੇ ਖੋਹ ਕੀਤੀ ਹੈ। ਗੱਲੇ ਦੇ ਵਿੱਚ ਜੋ ਲਗਭਗ 25,000 ਰੁਪਇਆ ਸੀਗਾ ਉਹ ਉਹਨਾਂ ਨੇ ਕੱਢ ਲਿਆ ਅਤੇ ਗੋਲੀ ਚਲਾਈ ਆ। ਇੰਨਾ ਰੱਬ ਦਾ ਸ਼ੁਕਰ ਹੈ ਵੀ ਗੋਲੀ ਚਲਾਈ ਦਾ ਖੋਲ ਜਿਹੜਾ ਨੀਚੇ ਗਿਰ ਗਿਆ, ਵੀ ਬਰਨਾਲਾ ਪਿੰਡ ਤੋਂ ਜੋ ਵਿਨੋਦ ਬਾਂਸਲ ਜੀ ਆ ਠੀਕ ਠਾਕ ਨੇ ਉਹ, ਔਰ ਅਸੀਂ ਬਹੁਤ ਅੱਜ ਵਪਾਰੀਆਂ ਦੇ ਵਿੱਚ ਰੋਸ ਹੈ ਇਸ ਚੀਜ਼ ਦਾ ਵੀ ਸਾਨੂੰ ਵਪਾਰ ਕਰਨਾ ਮੁਸ਼ਕਲ ਹੋ ਗਿਆ, ਵੀ ਪਹਿਲਾਂ ਤਾਂ ਮੰਦੀ ਅਤੇ ਦੂਸਰਾ ਕਰੋਨਾ ਦੀ ਬਿਮਾਰੀ ਅਤੇ ਤੀਸਰਾ ਅੱਜ ਇਹ ਖੋਹ ਆ ਜੀ। ਵੀ ਇਸ ਤਰ੍ਹਾਂ ਦੀ ਵੀ SSP ਪਟਿਆਲਾ ਤੋਂ ਔਰ DC ਪਟਿਆਲਾ ਤੋਂ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਵਪਾਰੀਆਂ ਵਾਸਤੇ ਕੋਈ ਨਾ ਕੋਈ ਸਕਿਉਰਟੀ ਦਿੱਤੀ ਜਾਵੇ ਔਰ ਇਹਨਾਂ ਲੋਕਾਂ ਨੂੰ ਜੋ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਇਹਨਾਂ ਨੂੰ ਸਖਤੀ ਨਾਲ ਇਹਨਾਂ ਨਾਲ ਨਿਪਟਿਆ ਜਾਵੇ, ਕਿਉਂਕਿ ਅੱਜ ਵਪਾਰੀ ਬਹੁਤ ਜ਼ਿਆਦਾ ਪਹਿਲਾਂ ਹੀ ਘਬਰਾਇਆ ਹੋਇਆ, ਡਰ ਦਾ ਮਾਹੌਲ ਹੈ। ਵੀ ਇਸ ਕਰਕੇ ਮੈਂ ਫਿਰ ਇਹੀ ਕਹਾਂਗਾ ਵੀ ਸਾਰੇ ਵਪਾਰੀਆਂ ਨੂੰ ਵੀ ਮੈਸੇਜ ਦਊਂਗਾ ਵੀ ਹਰ ਤਰੀਕੇ ਦੇ ਨਾਲ ਤੁਸੀਂ ਸਾਰੇ ਰਲ ਕੇ ਇਕੱਠੇ ਰਹੋ ਔਰ ਇਸ ਤਰ੍ਹਾਂ ਦੀ ਵਾਰਦਾਤ ਜੇ ਤੁਹਾਨੂੰ ਕਿਸੇ ਨੂੰ ਕੋਈ ਸ਼ੱਕ ਹੁੰਦੀ ਹੈ ਤਾਂ ਸਾਰੇ ਇਕੱਠੇ ਹੋ ਜਾਓ। ਤਾਂ ਸਾਹਿਬ ਗੱਲ ਕਰੀਏ, ਕਿੰਨੇ ਬੰਦੇ ਸੀ ਟੋਟਲ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ? 3 ਬੰਦੇ ਆਏ ਨੇ ਜੀ, ਲਗਭਗ 3:30 ਵਜੇ ਆਏ। ਤੇ ਤਿੰਨਾਂ ਦੇ ਕੋਲ ਅਸਲਾ ਵਗੈਰਾ ਸੀ? ਤਿੰਨਾਂ ਦੇ ਕੋਲ ਅਸਲਾ ਸੀ, ਤਿੰਨ ਕੋਲ ਗਨ ਸੀ। ਤੇ ਸਰ ਆਏ ਕੁਝ ਪਤਾ ਲੱਗਿਆ ਕਿੱਦਾਂ ਆਏ ਸੀ ਜਾਂ ਤੁਸੀਂ ਦੁਕਾਨ ਦੇ ਅੰਦਰ ਤਾਂ ਪੈਦਲ ਆਏ ਨੇ ਜੀ? ਪੈਦਲ ਗਏ ਨੇ, ਅੱਗੇ ਕਿੱਧਰ ਗਏ ਨੇ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਪੁਲਿਸ ਇੱਥੇ ਅਫਸਰ ਸਹਿਬਾਨ ਮੌਜੂਦ ਨੇ, ਦੇਖਦੇ ਨੇ ਜੋ ਵੀ ਹੋਏ। ਜਾਨੀ ਮਾਨ ਦਾ ਨੁਕਸਾਨ ਨਹੀਂ, ਉਹ ਵਿਚਾਰ ਆ ਗਿਆ, ਰੱਬ ਦਾ ਬਹੁਤ ਸ਼ੁਕਰ ਹੈ ਗੋਲੀ ਚਲਾਈ ਹੈ ਉਹਨਾਂ ਨੇ, ਗੋਲੀ ਖੋਲ ਜਿਹੜਾ ਨੀਚੇ ਗਿਰ ਗਿਆ, ਬਹੁਤ ਰੱਬ ਦਾ ਸ਼ੁਕਰ। ਕੋਈ ਕੈਸ਼ ਵਗੈਰਾ ਦੀ ਕੋਈ ਲੁੱਟ? ਲਗਭਗ 25,000 ਰੁਪਏ ਕੈਸ਼ ਜਿਹੜਾ ਗੱਲੇ 'ਚ ਸੀਗਾ ਉਹ ਸਾਰਾ ਉਹਨਾਂ ਨੇ ਪੂਰਾ 1-1.5 ਮਿੰਟ ਲਾ ਕੇ ਪੂਰਾ ਛਾਣਬੀਨ ਕੀਤੀ ਆ, ਉੱਥੋਂ ਪੂਰਾ ਤਲਾਸ਼ੀ ਲਿੱਤੀ। ਕੀ ਕਹਿਣਾ ਜਦੋਂ ਮੁੱਖ ਮੰਤਰੀ ਦਾ ਸਿਰ ਉਹ ਦਿਨ ਦਿਹਾੜੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ? ਬਹੁਤ ਮਾੜੀ ਗੱਲ ਹੈ, ਬਹੁਤ ਮਾੜਾ ਸਮਾਂ ਲੰਘ ਰਿਹਾ ਅੱਜ ਵਪਾਰੀਆਂ ਵਾਸਤੇ ਦਾ, ਖਾਸ ਕਰਕੇ ਮੈਂ ਕਹੂੰਗਾ ਵੀ ਮਾੜਾ ਸਮਾਂ ਹੈ ਵੀ ਜਦੋਂ ਤੋਂ ਸਮਝ ਲਓ ਵੀ ਨੋਟਬੰਦੀ ਹੋਈ, GST ਲੱਗਿਆ, ਉਸ ਤੋਂ ਬਾਅਦ ਕਰੋਨਾ ਦੀ ਬਿਮਾਰੀ ਆ ਗਈ, ਉਸ ਤੋਂ ਬਾਅਦ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਤਾਂ ਅੱਜ ਕੋਈ ਵੀ ਬੰਦਾ ਕਿਤੇ ਵੀ ਸੇਫ ਨਹੀਂ ਹੈ। ਤਾਂ ਮੁੱਖ ਮੰਤਰੀ ਸਾਹਿਬ ਤੋਂ, SSP ਪਟਿਆਲਾ ਸਾਹਿਬ ਤੋਂ ਮੈਂ ਤਾਂ ਇਹੀ ਮੰਗ ਕਰੂੰਗਾ ਵੀ ਇਹਨਾਂ ਲੋਕਾਂ ਨੂੰ ਸਖਤੀ ਦੇ ਨਾਲ ਨਿਬੜਿਆ ਜਾਵੇ ਤਾਂ ਜੋ ਲੋਕਾਂ ਦੇ ਦਿਲ ਦੇ ਵਿੱਚ ਕੋਈ ਡਰ ਹੈ, ਸਾਡਾ ਮਾਲੀ ਜਾਨ ਲਈ ਕੋਈ ਨੁਕਸਾਨ ਹੁੰਦਾ ਉਸ ਤੋਂ ਬਚਿਆ ਜਾ ਸਕੇ। ਮੌਕੇ ਤੇ ਪਹੁੰਚੇ SHO ਹੈਰੀ ਬੋਪਾਰਾਏ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ CCTV ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਰੋਡ ਤੇ ਅੱਜ ਇੱਥੇ ਵਕਤ ਕਰੀਬ 3:30 ਵਜੇ ਬਰਨਾਲਾ ਪੇਂਟ ਸ਼ਾਪ ਹੈ, ਉੱਥੇ ਤਿੰਨ ਵਿਅਕਤੀਆਂ ਨੇ ਆ ਕੇ ਰੋਬਰੀ ਅਟੈਂਪਟ ਕਰੀ ਹੈ, ਜਿਸ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ 3:30 ਵਜੇ ਸ਼੍ਰੀ ਵਿਨੋਦ ਬੰਸਲ ਨੇ, ਜਿਹੜੇ ਓਨਰ ਨੇ ਇੱਥੇ ਬਰਨਾਲਾ ਪੇਂਟ ਦੇ, ਆਪਣੀ ਸ਼ੋਪ 'ਤੇ ਬੈਠੇ ਸੀ। 3 ਵਿਅਕਤੀ ਆਏ ਨੇ ਜਿਨ੍ਹਾਂ ਨੇ ਗਨ ਪੁਆਇੰਟ 'ਤੇ ਇੱਥੋਂ ਅਟੈਂਪਟ ਕਰੀ ਹੈ ਖੋਣ ਦੀ, ਔਰ ਇਹਨਾਂ ਦੇ ਇੱਕ ਮੋਬਾਈਲ ਫੋਨ ਅਤੇ ਥੋੜ੍ਹਾ ਜਿਹਾ ਕੈਸ਼ ਚੱਕ ਕੇ ਲੈ ਗਏ। ਨਹੀਂ, ਫਾਇਰ ਨਹੀਂ ਹੋਇਆ ਜੀ, ਇਹ ਹਲੇ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਅਸਲੀ ਸੀਗੇ ਕਿ ਪਲੇਟ ਹੋਏ ਸੀ। ਹਲੇ ਪੈਦਲ, ਹਲੇ ਜਿੱਥੇ ਤੱਕ ਫਿਲਹਾਲ ਜਿਹੜੀ ਹਲੇ ਤੱਕ ਇਨਵੈਸਟੀਗੇਸ਼ਨ ਚੱਲੀ ਹੈ, ਕੈਮਰੇ ਵਗੈਰਾ ਦੀ ਫੁਟੇਜ ਅਸੀਂ ਦੇਖੀ ਹੈ, ਉਹ ਪੈਦਲ ਹੀ ਆਏ ਨੇ ਅਤੇ ਪੈਦਲ ਹੀ ਗਏ ਨੇ। ਕੋਈ ਸਰ ਜਾਨੀ ਨਹੀਂ, ਹਾਲੇ ਕੋਈ ਇਹੋ ਜਿਹਾ ਕੋਈ ਇਨਸਾਨ ਨਹੀਂ। ਕੈਸ਼ ਵਗੈਰਾ ਕੋਈ ਇਸ ਤਰ੍ਹਾਂ ਦੇ? ਥੋੜ੍ਹਾ ਜਿਹਾ ਕੈਸ਼ ਹੈ ਅਤੇ ਇੱਕ ਮੋਬਾਈਲ ਫੋਨ ਉਹਨਾਂ ਦਾ ਚੱਕਿਆ ਗਿਆ ਜੀ। ਸਰ ਕੈਸ਼ ਕੁਝ ਪਤਾ ਲੱਗਿਆ ਕਿੰਨੇ ਕੁ ਲੈ ਗਏ? ਉਹ ਹਲੇ ਜਿਵੇਂ ਦੱਸਣਗੇ ਜੀ ਉਹਦੇ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਦਾਂਗੇ। ਅਤੇ 2 ਬੰਦਿਆਂ ਕੋਲ ਪਿਸਟਲ ਸੀ ਜਾਂ 3 ਬੰਦਿਆਂ ਕੋਲ ਪਿਸਟਲ ਸੀ? ਇਹ ਹਲੇ ਇੱਕ ਵਾਰੀ ਸੀ ਨਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਜਿਵੇਂ ਕੋਈ ਆਊਗੀ ਗੱਲ ਤੁਹਾਨੂੰ ਦੱਸ ਦਾਂਗੇ। ਪਟਿਆਲਾ ਤੋਂ ਕੁਲਵਿੰਦਰ ਘੁੰਮਣ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।
पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा मोड़ी वशीकरण करवाओ मनचाह प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तुहानूं मिलेगा जां नहीं सच्चाई जानो लॉटरी नंबर पाओ 649 होवे जां लोटोमैक्स तुहाडी हर गल 100% गुप्त रखी जावेगी प्यार विच धोखा खाए प्रेमी प्रेमिका इक बार जरूर मिलो मैं तुहाडा प्यार टुटण नहीं देवांगा मोबाइल 98 दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सूरत टाइम्स।